कि भगवंत सिंह मान दी सरकार ने जो कहा सी उस वाल एक कदम होर पुट लिया। की कदम पुटिया? साधु सिंह धर्मसोत सवेरे 3 बजे अमलोह तो गिरफ्तार हो गया करप्शन दे केस दे विच। तुसी कहोगे जी करप्शन दे केस दे विच कैप्टन अमरिंदर सिंह ने इन्हां नूं तां देती सी क्लीन चिट, बिल्कुल तुसी ठीक हो, पर जिहड़ी करप्शन हुण जिहदे च गिरफ्तार होया है वो हले वजीफे वाली करप्शन नहीं, वो फाइल लई तां रौला पा रहियां ने जिहड़ियां विरोधी धिरां, खास तौर ते इन्हां दा एमएलए देव मान जिहड़ा नाभे तों है। लेकिन ये नवी जिहड़ी है चीज सामने आई है उहदे च होया है। देखो ये समाजिक सुरक्षा दा मंत्री होण दे नाल नाल जंगलात महकमे दा मंत्री भी सी, ते मैं उदों अक्सर कहदा हुंदा सी जदों ये कहंदे सी जिवें चंदन नूं रुख लावांगे लखां दी गिनती च, मैं क्यों पंजाब दे रुख किधर चले गए, निम, किक्कर, पिपल ये किधर है, क्यों नहीं लाउंदे, क्योंकि इच कमीशन घट है। मैं अक्सर कह दिंदा सी, पिछलियां वीडियो सुन सकदे हो तुसीं पईयां ने, पर इसे काम दे विच हुण एक नवां जिहड़ा है जानकारी जदों सामने आउंदी है, थोड़े याद हो 2 लख दी रिश्वत लैंदे होए डीएफओ जिहड़ा मोहाली दा है गुरमनजीत उहनूं फड़िया गया सी, जिहड़ा दविंदर सिंह संधू ने जिहदा स्टिंग ऑपरेशन कीता सी। हुण उसने गल्लां दसियां ने, वो गल्लां बड़ियां हैरान वाल करन वालियां ने। की कहिंदा उहो? ਉਹ ਕਹਿੰਦਾ ਜੀ ਜਿਹੜੇ ਮੰਤਰੀ ਸਾਹਿਬ ਇਹ ਕਹਿੰਦੇ ਸੀ ਦਰਖਤ ਜਿੰਨੇ ਮਰਜ਼ੀ ਕੱਟ ਲਓ, ਲੇਕਿਨ ਹਰ ਇੱਕ ਦਰਖਤ ਦੇ ਪਿੱਛੇ ਮੈਨੂੰ 500 ਰੁਪਇਆ ਚਾਹੀਦਾ। ਸੋ ਸਾਲ 'ਚ 25,000 ਦਰਖਤ ਕੱਟੇ ਜਾਂਦੇ ਸੀ, 500 ਰੁਪਇਆ ਮੰਤਰੀ ਨੂੰ ਜਾਂਦਾ ਸੀ, 500 ਰੁਪਇਆ ਬਾਕੀ ਬੰਦਿਆਂ ਨੂੰ ਜਿਹੜੇ ਨਾਲ ਸੀ, ਡੀਐਫਓ ਨੂੰ, ਰੇਂਜ ਅਫਸਰ ਨੂੰ, ਕਲਰਕ ਤੋਂ ਚੱਲਦੀ ਹੁੰਦੀ ਹੈ ਰਿਸ਼ਵਤ, ਉਧਰ ਜਾਂਦਾ ਸੀ। ਪਤਾ ਲੱਗਦਾ ਨਹੀਂ ਜਿਹੜੇ ਹਰ ਮਹਿਕਮੇ ਚ ਲੂਪਹੋਲ ਹੁੰਦੇ ਨੇ, ਬਹੁਤ ਨੂੰ ਲੱਗਦਾ ਸੀ ਕਿ ਜਿਹੜੇ ਬੰਦੇ ਫੋਰੈਸਟ ਅਫਸਰ ਬਣ ਜਾਂਦੇ ਨੇ ਉਹ ਕੀ ਕਮਾਉਂਦੇ ਹੋਣਗੇ, ਉੱਤੋਂ ਆਹ ਕਮਾਉਂਦੇ ਨੇ ਉਹ। ਸੋ ਮੰਤਰੀ ਵੀ ਆਹ ਕਮਾਉਂਦੇ ਨੇ ਜਿਹੜੇ ਕਹਿੰਦੇ ਨੇ ਜੰਗਲਾਤ ਦਾ ਘਟੀਆ ਜਿਹਾ ਮਹਿਕਮਾ ਹੈ, ਸਾਨੂੰ ਤਾਂ ਮਾਲ ਮਹਿਕਮਾ ਚਾਹੀਦਾ। ਤੋ ਜਿਹਨੇ ਕਰਨਾ ਹੁੰਦਾ ਹੈ ਉਹ ਜੰਗਲਾਤ ਚ ਵੀ ਕਰੀ ਜਾਂਦਾ। ਸੋ ਜੰਗਲਾਤ ਮਹਿਕਮੇ ਦੇ ਵਿੱਚ ਇੱਕ ਦਰਖਤ ਦੇ 500 ਲੈਂਦੇ ਸੀ, ਜੇ 25,000 ਕੱਢ ਦਿਓ, ਮੈਂ ਤੋਂ ਕੈਲਕੂਲੇਸ਼ਨ ਬਹੁਤ ਵਾਰ ਗਲਤ ਹੋ ਜਾਂਦੀ ਹੈ, ਪਰ ਮੈਨੂੰ ਲੱਗਦਾ 12-12.5 ਕਰੋੜ ਰੁਪਇਆ ਨੇ ਇੱਕ ਸਾਲ ਚ ਦਰਖਤਾਂ ਦੀ ਕਟਾਈ ਚ ਕਮਾਉਂਦਾ ਸੀ। ਨਹੀਂ ਸਿਰਫ ਇਤੋਂ ਨਹੀਂ, ਫਿਰ ਇੱਕ ਅਗਲਾ ਐਲੀਗੇਸ਼ਨ ਲੱਗਿਆ ਕਿ ਫਿਰ ਜਦੋਂ ਨਵੇਂ ਦਰਖਤ ਲਾਉਣ ਲਈ ਨਰਸਰੀ ਤੋਂ ਬੂਟੇ ਖਰੀਦਣੇ ਸੀ ਉਹਦੇ ਚ ਵੀ ਕਮਿਸ਼ਨ ਹੁੰਦਾ ਸੀ। ਉਹ ਮੈਂ ਪਹਿਲਾਂ ਹੀ ਦੱਸ ਗਿਆ ਤੁਹਾਨੂੰ ਕਿ ਕਿਹੜੇ ਲਾਉਣੇ ਨੇ, ਕਿਵੇਂ, ਕਿਹਦੇ ਚ ਕਮਿਸ਼ਨ ਜ਼ਿਆਦਾ ਹੈ ਉਹ ਬੂਟੇ। ਮੈਂ ਤਾਂ ਕੱਲ ਤੁਹਾਨੂੰ ਜਦੋਂ ਕਿਹਾ ਸੀ ਰੌਣ ਭੰਡਾਰੀ ਨੇ ਕਿ ਅਸੀਂ 1,20,00,000 ਬੂਟੇ ਲਾਉਣੇ, ਮੈਂ ਕਿਹਾ ਲਾਉਣ ਦਾ ਤਾਂ ਮਤਲਬ ਨਹੀਂ ਹੈ, ਗੱਲ ਤਾਂ ਪਾਲਣ ਵਾਲੀ ਗੱਲ ਹੈ, ਕਿੰਨੇ ਬੂਟੇ ਤੁਸੀਂ ਪਾਲੇ ਨੇ ਇਹ ਦੱਸੋ। ਜੇ ਸਾਰਿਆਂ ਦੇ ਕੈਲਕੂਲੇਟ ਕਰ ਲਈਏ ਤਾਂ ਪੰਜਾਬ ਤਾਂ ਹਰਾ ਭਰਾ ਚਾਹੀਦਾ ਸੀ, ਪਰ ਹਰਾ ਭਰਾ ਕਿਵੇਂ ਰਹੂਗਾ? ਦੇਖ ਲਿਆ ਕਿਹੜੇ ਬੂਟੇ ਲੱਗਦੇ ਨੇ, ਜਿਨ੍ਹਾਂ ਨੇ ਦੇਖਿਆ। ਸੁਖਬੀਰ ਸਿੰਘ ਬਾਦਲ ਕਹਿੰਦਾ ਸੀ ਕਿ ਆ ਦੇਖ ਲਓ, ਜੋ ਚੰਡੀਗੜ੍ਹ ਤੋਂ ਜੋ ਤੁਸੀਂ ਰਾਜਪੁਰਾ, ਰਾਜਪੁਰਾ ਪਟਿਆਲਾ, ਪਟਿਆਲਾ ਤੋਂ ਭਵਾਨੀਗੜ੍ਹ ਜਾਂਦੇ ਹੋਏ ਜਿਹੜੀ ਸੜਕ ਤੇ ਜਾਂਦੇ ਹੋ, ਜਿਹਨੂੰ ਬੰਬ ਵਾਲੀ ਸੜਕ ਕਹਿੰਦੇ ਸੀ, ਉਹ ਸੜਕ ਤੇ ਜਿਹੜੇ ਦਰਖਤ ਲੱਗੇ ਸੀ ਉਦੋਂ ਬਾਅਦ ਕਿੰਨੇ ਕੁ ਨਵੇਂ ਲਾਏ ਨੇ, ਕਿਸੇ ਨੂੰ ਕਰ ਲਿਓ ਸਰਵੇ, ਪੁੱਛ ਲਿਓ। ਉਹ ਮੀਡੀਆ ਨੂੰ ਤਾਂ ਜਿਹੜੀਆਂ ਖਬਰਾਂ, ਅਸਲ ਮੈਂ ਇਹ ਨਹੀਂ ਕਹਿੰਦਾ, ਪਰ ਮੀਡੀਆ 'ਚ ਬਹੁਤ ਕੁਛ ਕਰਨ ਦੀ ਲੋੜ ਹੈ। ਅੱਜ ਸਵੇਰੇ ਸਵੇਰੇ ਜਦੋਂ ਇਹ ਖਬਰ ਚੱਲ ਰਹੀ ਸੀ ਤਾਂ ਇੱਕ ਮੀਡੀਆ ਇਹ ਕਹਿ ਰਿਹਾ ਸੀ ਉਸਨੇ ਇਤਨੇ ਉਹਨਾਂ ਨੇ ਇੰਨੇ ਪੇੜ ਕੱਟੇ। ਉਹ ਮੈਨੂੰ ਇੱਕ ਬੰਦਾ ਫੋਨ ਆਇਆ, ਕਿਉਂਕਿ ਸਾਡੀ ਜਿਹੜੀ ਵਿਊਰਸ਼ਿਪ ਹੈ, ਜਿਹੜੇ ਦਰਸ਼ਕ ਦੇਖਦੇ ਨੇ ਉਹ ਜ਼ਿਆਦਾ ਪਿੰਡਾਂ 'ਚ ਰਹਿੰਦੇ ਨੇ, ਉਹ ਕਹਿੰਦੇ ਕਿਸ ਕਿਸਮ ਦੀ ਪੰਜਾਬੀ ਹੈ, ਇਹ ਪੇੜ ਕੀ ਹੁੰਦਾ ਹੈ? ਮੈਂ ਕਿਹਾ ਭਾਈ ਇਹ ਹਿੰਦੀ ਵਾਲੇ ਨੇ, ਇਹਨਾਂ ਨੇ ਪੰਜਾਬੀ ਦਾ ਹਿੰਦੀ ਕਰਨ ਕਰ ਦੇਣਾ ਹੈ, ਇਹਨਾਂ ਨੇ ਵਿਰੋਧੀ ਧਿਰ ਦੀ ਥਾਂ ਵਿਪਕਸ਼ ਕਹਿਣੇ ਕਹਿਣਾ ਹੈ, ਤੋ ਬਿਲਕੁਲ ਉਸੇ ਤਰ੍ਹਾਂ ਇਹਨਾਂ ਨੇ ਦਰਖਤਾਂ ਨੂੰ ਪੇੜ ਕਹਿਣੇ ਕਹਿਣਾ ਹੈ। ਸੋ ਉਹ ਜਿਹੜੇ ਪੇੜ ਜਾਂ ਦਰਖਤ ਕੱਟੇ ਗਏ ਉਹਨਾਂ 'ਚ ਇਹ ਸਾਡੇ ਮੰਤਰੀ ਸਾਹਿਬ ਹਾਲ ਦੀ ਘੜੀ ਫਸੇ ਨੇ, ਵਜੀਫੇ ਵਾਲੀ ਫਾਈਲ ਹਾਲੇ ਬਾਹਰ ਪਈ ਹੈ, ਔਰ ਰੌਲਾ ਰੱਪਾ ਪੈ ਗਿਆ, ਪੈਣਾ ਹੀ ਸੀ। ਸੰਗਰੂਰ ਇਲੈਕਸ਼ਨ ਤੋਂ ਪਹਿਲਾਂ ਭਗਵੰਤ ਮਾਨ ਨੇ ਇੱਕ ਵੱਡਾ ਕੰਮ ਕਰ ਲਿਆ, ਹੁਣ ਜਾਣੀ ਗੋਲਡੀ ਸਾਹਿਬ ਦੀਆਂ ਦਿੱਕਤਾਂ ਵਧਾਤੀਆਂ ਦਲਵੀਰ ਗੋਲਡੀ ਦੀਆਂ, ਕੀ ਜਵਾਬ ਦਿਓ? ਇਹ ਕਹਿਣਗੇ ਅਸੀਂ ਦਾਬਦਾ ਵੀ ਫੜ ਲਿਆ, ਤੁਹਾਡਾ ਸਾਬਕਾ ਮੰਤਰੀ ਫੜ ਲਿਆ, ਤੇ ਜਿਹੜੇ ਬਾਕੀ ਹੋਰ ਮੰਤਰੀ ਪਏ ਨੇ ਉਹਨਾਂ ਦੀ ਨੀਂਦ ਹੋਰ ਹਰਾਮ ਕਰਤੀ,
ਦੇਖੋ ਹੁਣ ਜੇ ਚੁੱਪ ਚੁਪੀਤੇ 3 ਵਜੇ ਰਾਤ ਨੂੰ ਅਮਲੋਹ ਤੋਂ ਫੜਿਆ ਜਾ ਸਕਦਾ ਹੈ, ਬਾਕੀ ਹੁਣ ਕਿੱਥੇ ਜਾ ਕੇ ਸੌਣ? ਚੰਡੀਗੜ੍ਹ, ਉੱਥੇ ਤਾਂ ਵਿਜੀਲੈਂਸ ਬਿਲਕੁਲ ਨੇੜੇ ਹੈ। ਹੁਣ ਜਿਹੜੇ ਵਿਜੀਲੈਂਸ ਦੇ ਦਫ਼ਤਰ 'ਚ ਮੋਹਾਲੀ 'ਚ ਪੁੱਛਗਿੱਛ ਹੋ ਰਹੀ ਹੈ, ਦੇਖਦੇ ਹਾਂ ਸ਼ਾਮ ਤੱਕ ਰਿਮਾਂਡ ਕਿੰਨਾ ਮਿਲਦਾ ਹੈ ਜਾਂ ਲੈਂਦੇ ਨੇ। ਦੇਖੋ ਇੱਕ ਗੱਲ ਹੈ, ਬਹੁਤ ਸਾਰੇ ਤਾਂ ਮੈਂ ਦੇਖਿਆ ਅੱਜ ਸਵੇਰੇ ਹੀ ਸ਼ੁਰੂ ਹੋ ਗਏ, ਜਿਹੜੇ ਕੋਈ ਡਿਫੈਂਡ ਕਰਨਾ, ਕੋਈ ਕਹਿੰਦਾ ਜੀ ਜਿਹਨੇ ਗਲਤੀ ਕੀਤੀ ਹੈ ਕਰਨ ਦਿਓ। ਵਰਿੰਦਰ ਢਿੱਲੋਂ ਕਹਿੰਦਾ ਜਿਹਨੇ ਗਲਤੀ ਕੀਤੀ ਹੈ ਉਹ ਸਜ਼ਾ ਭੁਗਤੂ। ਗੁਰਕੀਰਤ ਕੋਟਲੀ, ਉਹ ਵੀ ਸਾਬਕਾ ਮੰਤਰੀ ਰਹੇ ਨੇ, ਤੇ ਹੁਣ ਤਾਂ ਇਹਨਾਂ ਦੇ ਗਵਾਂਢ ਦੇ ਮੰਤਰੀ ਨੇ, ਉਹ ਕਹਿੰਦੇ ਨਹੀਂ ਇਹ ਸਿਆਸੀ ਬਦਲਾਖੋਰੀ ਹੈ। ਦੇਖੋ ਜੀ ਇਹ ਤਾਂ ਨਹੀਂ ਪਤਾ ਸਿਆਸੀ ਬਦਲਾਖੋਰੀ, ਪਰ ਇਹ ਗੱਲ ਜ਼ਰੂਰ ਹੈ ਕਿ ਕੁਛ ਨਾ ਕੁਛ ਹੋਣਾ ਸੀ। ਇਹ ਵੀ ਤਾਂ ਲਾਅ ਆਫ ਅਟ੍ਰੈਕਸ਼ਨ ਹੈ, ਸਾਰੇ ਲੋਕ ਕਹਿੰਦੇ ਸੀ ਇਹਨੇ ਕਰਪਸ਼ਨ ਕੀਤੀ ਹੈ, ਕਰਪਸ਼ਨ ਕੀਤੀ ਹੈ। ਆ ਦੇਖ ਲਓ ਉਹ ਫਾਈਲ ਹਲੇ ਵਜੀਫੇ ਵਾਲੀ ਖੁੱਲਣੀ ਹੈ, ਇੱਕ ਨਵੀਂ ਫਾਈਲ ਖੁੱਲ ਗਈ, ਹੋਰ ਪਤਾ ਨਹੀਂ ਕਿੰਨੇ ਦੀਆਂ ਫਾਈਲਾਂ ਖੁੱਲਣੀਆਂ ਨੇ। ਲੇਕਿਨ ਸਾਧੂ ਸਿੰਘ ਧਰਮਸੋਤ ਦੀ ਇਹ ਗ੍ਰਿਫਤਾਰੀ ਸੰਗਰੂਰ ਇਲੈਕਸ਼ਨ ਨੂੰ ਹੋਰ ਦਿਲਚਸਪ ਬਣਾਊਗੀ, ਇਹ ਤੁਹਾਡੇ ਸਾਹਮਣੇ ਹੈ, ਕਿਉਂਕਿ ਸਵੇਰੇ ਹੀ ਗ੍ਰਿਫਤਾਰੀ ਹੋਈ ਹੈ, ਹੋਰ ਜਾਣਕਾਰੀ ਹਾਲੇ ਆਉਣੀ ਹੈ।